ਦੇਖੋ ਅੱਜ ਸਾਡਾ ਧਰਨਾ ਮੁਜ਼ਾਹਰਾ ਨਹੀਂ, ਬਹੁਤ ਸਪਸ਼ਟ ਗੱਲ ਹੈ ਜੀ। ਅਸੀਂ ਫੈਸਲਾ ਕਰਾਉਣ ਦੀ ਖਾਤਰ ਆਏ ਹਾਂ, ਗੇਟਾਂ 'ਤੇ ਸਾਡਾ ਕਬਜ਼ਾ ਹੈ, ਸਰਕਾਰ ਕਬਜ਼ਾ ਛਡਾਉਂਦੀ ਹੈ, ਇਹਦੇ ਅੰਦਰਲੇ ਅਧਿਕਾਰੀ ਅੰਦਰ ਰਹਿਣਗੇ, ਬਾਹਰਲੇ ਬਾਹਰ ਰਹਿਣਗੇ, ਅਸੀਂ ਨਹੀਂ ਹੋਣ ਦਿੰਦੇ। 2014 ਦੇ ਵਿੱਚ ਜਦੋਂ ਸਰਕਾਰ ਪੱਲਾ ਝਾੜ ਗਈ ਸੀ ਵੀ ਖੁਦਕਸ਼ੀਆਂ ਵਾਲਿਆਂ ਨੂੰ ਦੇਣ ਦੀ ਖਾਤਰ ਪੰਜੀ ਨਹੀਂ ਸਾਡੇ ਕੋਲ, ਉਦੋਂ ਅਸੀਂ ਆਹ ਮਿੰਨੀ ਸੈਕਟਰੀਏਟ ਦੇ 3 ਗੇਟ ਚੋਰੀਆਂ ਘੇਰੇ ਸੀ ਰਾਤ ਨੂੰ। ਐਲਾਨ ਕੀਤਾ ਸਾਡੀ ਸੂਬਾ ਕਮੇਟੀ ਨੇ, ਸਮਾਂ ਦਿੱਤਾ ਸਰਕਾਰ ਨੂੰ, ਅਸੀਂ ਉੱਠ ਕੇ ਆਏ ਹਾਂ ਬਾਦਲ ਤੋਂ ਜਿੱਦੇ, ਉਹਦੇ ਐਲਾਨ ਕੀਤਾ ਝੰਡਾ ਸੋ ਨੇ ਬਕਾਇਦਾ ਤੌਰ 'ਤੇ ਵੀ ਕਬਜ਼ਾ ਕਰਾਂਗੇ। ਅੱਜ ਅਸੀਂ ਕਬਜ਼ਾ ਕੀਤਾ ਹੋਇਆ, ਸਰਕਾਰ ਫੈਸਲਾ ਕਰ ਲਏ ਕਿਸਾਨਾਂ ਨੂੰ ਦੇਣਾ ਕੁਛ, ਮਜ਼ਦੂਰਾਂ ਨੂੰ ਦੇਣਾ ਕੁਛ, ਕਿ ਇਹਨਾਂ ਨਾਲ ਸਿੰਜਣਾ, ਇਹ ਉਹਨਾਂ ਦੇ ਹੱਥ ਦਾ ਫੈਸਲਾ। ਇਹ ਜਿਹੜਾ ਘਰੋ ਕੀਤਾ, ਜਿਹੜਾ ਕਿਸਾਨਾਂ ਦੀ ਨਰਮੇ ਦੀ ਗੁਲਾਬੀ ਸੁੰਡੀ ਨੇ ਤਬਾਹੀ ਕੀਤੀ ਹੈ, ਇੱਥੋਂ ਦੀਆਂ ਸਰਕਾਰਾਂ ਫੋਕੀਆਂ ਟਾਰਾਂ ਮਾਰੀਆਂ ਜਾਂਦੀਆਂ ਨੇ, ਕਦੇ ਬੋਰਡ ਲਾ ਦਿੰਦੀਆਂ ਨੇ ਬੱਸਾਂ 'ਤੇ, ਅਤੇ ਕਦੇ ਵੱਡੇ ਵੱਡੇ ਬੋਰਡ ਲਾ ਦਿੰਦੀਆਂ ਨੇ ਮੰਡੀਆਂ 'ਚ ਵੀ ਅਸੀਂ ਕਿਸਾਨਾਂ ਦੀ ਬਾਂਹ ਫੜਾਂਗੇ। ਉਹ ਚੰਨੀ ਟਿੰਡੇ ਪਾੜ ਪਾੜ ਦਿਖਾਈ ਜਾਂਦਾ ਹੈ। ਪਿਛਲੇ ਦਿਨੀ ਕਟਾਰ ਸਿੰਘ ਵਾਲੇ ਉਹਨਾਂ ਨੇ ਉੱਥੇ ਦਾ ਦੌਰਾ ਕੀਤਾ, ਪਰ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਬਾਤ ਕੀਤੀ ਪੱਤਰਕਾਰਾਂ ਨੇ, ਉਹ ਕਹਿੰਦੇ ਸਾਨੂੰ ਤਾਂ ਅੰਦਰ ਡੱਕਤਾ ਇਹਨਾਂ ਨੇ, ਅਤੇ ਸਿੱਧਾ ਆਏ ਅਤੇ ਨਰਮੇ 'ਚ ਗੇੜਾ ਦੇ ਕੇ ਮੁੜ ਗਏ, ਅਤੇ ਦਿੱਤਾ ਬੱਤਾ ਕੁਛ ਵੀ ਨਹੀਂ। ਇਸ ਕਰਕੇ ਸਾਡੀ ਮੰਗ ਹੈ ਸਰਕਾਰ ਤੋਂ ਵੀ ਜਲਦੀ ਤੋਂ ਜਲਦੀ ਕਿਸਾਨਾਂ ਨੂੰ 60,000 ਰੁਪਇਆ ਪ੍ਰਤੀ ਕਿੱਲੇ ਦਾ ਮੁਆਵਜ਼ਾ, ਅਤੇ ਜਿਹੜੇ ਮਜ਼ਦੂਰਾਂ ਨੇ ਉਹਨਾਂ ਨਰਮੇ 'ਚੋਂ ਚੁੱਗ ਕੇ ਆਪਦੇ ਘਰ ਦਾ ਕੋਈ ਕਾਰਜ ਕਰਨਾ ਸੀ, ਉਹਨਾਂ ਨੂੰ ਪ੍ਰਤੀ ਪਰਿਵਾਰ 30,000 ਰੁਪਈਆ ਜਦੋਂ ਤੱਕ ਮੁਆਵਜ਼ਾ ਨਹੀਂ ਦਿੰਦੇ। ਅਸੀਂ ਇਸੇ ਤਰ੍ਹਾਂ ਜਿਹੜਾ ਇਹ ਮਿੰਨੀ ਸੈਕਟਰੀਏਟ ਹੈ ਇਹਦੇ ਗੇਟ ਘੇਰ ਕੇ ਰੱਖਾਂਗੇ, ਕਿਉਂਕਿ ਪਿਛਲੀ ਵਾਰੀ ਜਦੋਂ 2014 'ਚ ਚਿੱਟੀ ਮੱਖੀ ਨੇ ਨਰਮਾ ਤਬਾਹ ਕਰਤਾ ਸੀ, ਬਾਦਲ ਸਰਕਾਰ ਉਦੋਂ ਵੀ ਕਹਿੰਦੀ ਸੀ ਵੀ ਖਜ਼ਾਨਾ ਖਾਲੀ ਹੈ, ਪਰ ਜਦੋਂ ਤੱਕ ਉਹਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ, ਤਲੀ 'ਤੇ ਧਰਾ ਕੇ ਲੈ ਕੇ ਗਏ ਅਤੇ 645 ਕਰੋੜ ਰੁਪਈਏ ਦਾ ਜਿਹੜਾ ਮੁਆਵਜ਼ਾ ਸੀ, ਉਦੋਂ ਤੱਕ ਅਸੀਂ ਇਹ ਗੇਟ ਹੈ ਜਿਹੜੇ ਖਾਲੀ ਨਹੀਂ ਕਰਾਂਗੇ।